ਸਰਕਾਰਾਂ ਅਤੇ ਸਿਸਟਮ ਦੀ ਭੇਂਟ ਚੜੀ ਕਿਸਾਨੀ ਦਾ ਲਗਾਤਾਰ ਬੁਰਾ ਹਾਲ ਹੁੰਦਾ ਜਾ ਰਿਹਾ ਹੈ। ਕਦੇ ਸਰਕਾਰਾਂ ਅਤੇ ਕਦੇ ਕੁਦਰਤ ਦੀ ਭੇਂਟ ਚੜ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੇ ਤੁਰ ਪਏ ਨੇ। ਤਸਵੀਰਾਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜਿੱਥੇ ਪੁੱਤਾਂ ਵਾਂਗ ਪਾਲੀ ਕਿਸਾਨਾਂ ਦੀ ਫਸਲ ਨੂੰ ਪਾਣੀ ਦੀ ਮਾਰ ਨੇ ਆਪਣੀ ਚਪੇਟ ਵਿੱਚ ਲੈ ਲਿਆ। ਪੀੜਿਤ ਕਿਸਾਨਾਂ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਫਰਿਆਦ ਕਰਨ ਤੋਂ ਬਾਅਦ ਵੀ ਕਿਸੇ ਅਧਿਕਾਰੀ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ। ਤੁਹਾਨੂੰ ਦੱਸਦੇ ਹਾਂ ਕਿ ਕਲਾਲਪੁਰ ਵਾਲਾ ਸਮੇਤ ਦੋ ਪਿੰਡਾਂ ਦੇ ਕਰੀਬ 200 ਤੋਂ ਵੱਧ ਏਕੜ ਫਸਲ ਵਿੱਚ ਪਾਣੀ ਭਰਿਆ ਹੋਇਆ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੀ ਫਸਲ ਨੂੰ ਬਚਾਇਆ ਜਾਵੇ ਅਤੇ ਪਾਣੀ ਕੱਢਣ ਦਾ ਪ੍ਰਬੰਧ ਕੀਤਾ ਜਾਵੇ। ਹਾਂਜੀ, ਕੀ ਨਾਮ ਤੁਹਾਡਾ? ਗੁਰਸੇਵਕ ਸਿੰਘ ਹੈ ਜੀ। ਪਿੰਡ ਕਿਹੜਾ ਜੀ? ਕਲਾਲ ਵਾਲਾ ਜੀ। ਕੀ ਮਾਮਲਾ ਹੈ ਤੁਸੀਂ? ਮਾਮਲਾ ਇਹ ਹੈ ਜੀ, ਮੀਂਹ ਪਏ ਨੂੰ ਬਰਸਾਤ ਦਾ ਪਾਣੀ ਇਕੱਠਾ ਹੋ ਗਿਆ ਇੱਥੇ ਨਰਮੇ 'ਚ ਅਤੇ ਪਾਣੀ ਬਹੁਤ ਜ਼ਿਆਦਾ, 3-4 ਫੁੱਟ ਹੈ ਅਤੇ ਇਹਦਾ ਕੋਈ ਹੱਲ ਹੋਣਾ ਚਾਹੀਦਾ। ਇੱਥੇ ਡਰੇਨ ਹੈ ਜੀ, ਉਹ ਨਹੀਂ ਸਾਫ਼ ਹੋਈ। ਠੀਕ ਹੈ ਜੀ, ਸਾਰੇ ਪ੍ਰਸ਼ਾਸਨ ਕੋਲ ਜਾ ਜੀ, ਕਿਸੇ ਨੇ ਗੱਲ ਨਹੀਂ ਸੁਣੀ ਅਤੇ ਹੁਣ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਜੀ, ਨਾਲੇ ਗਰਦੌਰੀ ਹੋਣੀ ਚਾਹੀਦੀ ਜੀ। ਕਿੰਨਾ ਕੁ ਏਕੜ 'ਚ ਉਹ ਹੈ? ਇਹ ਹੈਗਾ ਜੀ, ਇੱਧਰ ਦੀ ਸਾਈਡ ਹੈ 300 ਕਿੱਲਾ, 300 ਕਿੱਲਾ ਪਰਲੀ ਸਾਈਡ ਵੀ ਹੈਗਾ ਇਸ ਰੋੜੀ ਪਿੰਡ ਦੇ। ਅੱਛਾ, ਹਾਂਜੀ। ਅਤੇ ਹੁਣ ਮੰਗ ਕੀ ਕਰਦੇ ਹੋ? ਮੰਗ ਤਾਂ ਇਹੀ ਕਰਦੇ ਫਿਰ ਮਸਲਾ ਹੱਲ ਹੋਵੇ ਪੱਕਾ ਇਹਦਾ ਜੀ ਕੋਈ। ਠੀਕ ਹੈ, ਇਹ ਆਏ ਗੜੇ ਆ ਜਾਂਦਾ ਜਦੋਂ ਬਰਸਾਤ? ਆਏ ਗੜੇ ਇਹ? ਆਏ ਗੜੇ ਹੁੰਦੇ ਜੀ, ਆਏ ਗੜੇ। ਹੁਣ ਮੀਂਹ ਤਾਂ 27 ਨੂੰ ਹੋਰ ਵੀ ਪੈ ਰਿਹਾ, ਉਦੋਂ ਬਾਅਦ ਫਿਰ ਬੁਰਾ ਹਾਲ ਹੋ ਜੂਗਾ ਜੀ। ਸਾਡਾ ਕੁਛ ਆਪਦਾ ਬਣਾ, ਠੇਕੇ ਦਾ 60,000 ਨੂੰ ਵਾਹ ਲਿੱਤਾ ਜੀ ਕਿੱਲਾ। ਜੀ ਜੀ, ਹਾਂ। ਇੱਕ ਪ੍ਰਸ਼ਾਸਨ ਕੋਈ ਗੱਲ ਨਹੀਂ, ਅਸੀਂ DC ਤਾਂ ਜਾਇਆ ਜੀ, ਕਿਸੇ ਨੇ ਗੱਲ ਨਹੀਂ ਹੋਣੀ। ਠੀਕ, ਹੁਣ ਮੰਗ ਕੀ ਕਰਦੇ ਹੋ? ਮੰਗ ਤਾਂ ਇਹੀ ਕਰਦੇ ਹਾਂ ਵੀ ਪਾਣੀ ਚੱਕਿਆ ਹੋਇਆ, ਜਿਹੜਾ ਨੁਕਸਾਨ ਹੋਇਆ ਜੀ ਗਰਦੌਰੀ ਕਰਕੇ ਮਾਰਿਆ ਹੋਇਆ। ਉੱਧਰ ਦੂਜੇ ਪਾਸੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਪਾਣੀ ਕੱਢਣ ਦੇ ਉਪਰਾਲੇ ਕਰਨ ਦੀ ਗੱਲ ਕਹੀ। ਮੇਰਾ ਨਾਮ ਨਗਿੰਦਰ ਸ਼ਰਮਾ ਜੀ। ਹਾਂਜੀ ਸ਼ਰਮਾ ਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਹ ਮੈਂ ਜਾਈ ਹਾਂ ਜੀ ਇਸ ਕਲਾਲ ਵਾਲਾ ਡਰੇਨ ਦਾ। ਠੀਕ ਹੈ, ਇੱਥੇ ਆਪਣੇ ਪਿੰਡ ਕਲਾਲ ਵਾਲੇ ਪਾਣੀ ਭਰ ਗਿਆ ਜੀ, ਜੋ ਬਾਰਿਸ਼ਾਂ ਬਹੁਤ ਜ਼ਿਆਦਾ ਹੋਈਆਂ ਸੀਗੀਆਂ ਜੀ। ਲਗਭਗ 150-200 ਕਿੱਲੇ ਵਿੱਚ ਪਾਣੀ ਭਰਿਆ ਹੋਇਆ ਜੀ। ਇਸ ਪਾਣੀ ਨੂੰ ਕੱਢਣ ਲਈ ਪਿੰਡ ਦਾ ਸਹਿਯੋਗ ਕੀਤਾ ਜਾ ਰਿਹਾ, ਪਿੰਡ ਦੇ ਸਹਿਯੋਗ ਨਾਲ ਇਹ ਪਾਣੀ ਕੱਢਣ ਦੇ ਉਪਰਾਲੇ ਕੀਤੇ ਜਾ ਰਹੇ।